ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਲਾ ਸੰਧੂ ਫਾਰਮਰ ਫੇਸਬੁੱਕ ਪੇਜ ਅਤੇ ਕਾਲਾ ਸੰਧੂ ਫਾਰਮਰ ਯੂਟਿਊਬ ਚੈਨਲ 'ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਜਿਹੜੇ ਤੁਸੀਂ ਮੇਰੀਆਂ ਵੱਖੋ ਵੱਖਰੀਆਂ ਵੀਡੀਓਆਂ ਨੂੰ ਪਿਆਰ ਲਾਈਕ ਫੋਲੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਜਾਓ ਅੱਜ ਗੱਲ ਕਰਦੇ ਹਾਂ ਆਪਾਂ ਮਿਕਸ ਖੇਤੀ ਬਾਰੇ ਇਹ ਜਿਹੜੇ ਕੱਦੂ ਆਪਣੇ ਪਹਿਲਾਂ ਆਪਾਂ ਸਾਂਝੀ ਕੀਤੀ ਸੀ ਗੱਲ ਮੈਕੋ ਦਾ ਗੋਲ ਕੱਦੂ ਆ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਕੋਈ ਵੀ ਵਰਾਇਟੀ ਲਾ ਸਕਦੇ ਹੋ ਆਪਦੀ ਮੰਡੀਕਰਨ ਨੂੰ ਦੇਖਦੇ ਹੋਏ ਮੌਸਮ ਨੂੰ ਦੇਖਦੇ ਹੋਏ ਜਿਵੇਂ ਕੱਦੂ ਦੀਆਂ ਵੀ ਅਨੇਕਾਂ ਹੀ ਕਿਸਮਾਂ ਕਰੇਲੇ ਦੀਆਂ ਵੀ ਅਨੇਕਾਂ ਹੀ ਕਿਸਮਾਂ ਨੇ ਮਟਰਾਂ ਦੀਆਂ ਵੀ ਅਨੇਕਾਂ ਹੀ ਕਿਸਮਾਂ ਨੇ ਬਾਕੀ ਆਪਦੇ ਏਰੀਏ ਦੀ ਮੰਡੀਕਰਨ ਨੂੰ ਦੇਖਦੇ ਹੋਏ ਤੁਸੀਂ ਕੋਈ ਵੀ ਵਰਾਇਟੀ ਕੱਦੂ ਦੀ ਲਾ ਸਕਦੇ ਹੋ ਪੇਠੇ ਦੀ ਲਾ ਸਕਦੇ ਹੋ ਜਾਂ ਮਟਰਾਂ ਦੀ ਲਾ ਸਕਦੇ ਹੋ ਕਿਉਂਕਿ ਜਿਵੇਂ ਕੱਦੂ ਦੀ ਆਪਾਂ ਗੱਲ ਕਰੀਏ ਤਾਂ ਕਿਤੇ ਗੋਲ ਕੱਦੂ ਵਿਕਦਾ ਹੁੰਦਾ ਕਿਤੇ ਬਲਬ ਬਾਕੀ ਇਹ ਰੁੱਤ ਦਾ ਫਰਕ ਹੁੰਦਾ ਹੈ ਨਾ ਵੀ ਕਿਸੇ ਮੰਡੀ 'ਚ ਤਾਂ ਗੋਲ ਕੱਦੂ ਵਿਕਦਾ ਹੁੰਦਾ ਕਿਤੇ ਬਲਬ ਅਤੇ ਜਿਹੜਾ ਇਹ ਕੱਦੂ ਆ ਕਿਸਾਨ ਵੀਰੋ ਇਹ ਗੋਲ ਕੱਦੂ ਆ ਜਿਵੇਂ ਮਾਰਚ ਮਹੀਨੇ 'ਚ ਸਾਡੇ ਜਿਹੜੀ ਮੰਡੀ ਦਾ ਹਿਸਾਬ ਆ ਗੋਲ ਕੱਦੂ ਦੀ ਮੰਗ ਜ਼ਿਆਦਾ ਹੁੰਦੀ ਹੈ ਅਤੇ ਜੇ ਆਪਾਂ ਲਾਟੂ ਟਾਈਪ ਦੀ ਗੱਲ ਕਰ ਲਈਏ ਉਹ ਕਣਕ ਦੀ ਵਾਢੀ ਤੋਂ ਬਾਅਦ ਉਦੋਂ ਮੰਗ ਵੱਧ ਜਾਂਦੀ ਹੈ ਅਤੇ ਜਿਹੜਾ ਇਹ ਮਟਰ ਹੈ ਇਹ ਘਰ ਦਾ ਦੇਸੀ ਮਟਰ ਲੱਗਿਆ ਹੋਇਆ ਗਾ ਘਰ ਦਾ ਬੀਜ ਤਿਆਰ ਕਰਕੇ ਆਪਣੇ ਕੋਲ ਐਡਵਾਂਟਾ ਦਾ GS10 ਵੀ ਲੱਗਿਆ ਹੋਇਆ ਅਤੇ ਕੱਦੂਆਂ 'ਤੇ ਕੋਰੇ ਦਾ ਅਤੇ ਨਦੀਨਾ ਦਾ ਜ਼ਿਆਦਾ ਅਸਰ ਸੀਗਾ ਕਿਉਂਕਿ ਉਦੋਂ ਕੋਰੇ ਦੀ ਮਾਰ ਬਹੁਤ ਪਈ ਹੈ ਅਤੇ ਜਿਹੜਾ ਇਹ ਮਟਰ ਹੈ ਇਹ ਹੁਣ ਫਲੀਆਂ 'ਤੇ ਆ ਗਿਆ ਪਾਪੜ ਬਣਨੇ ਸ਼ੁਰੂ ਹੋ ਗਏ ਅਤੇ ਕੁਦਰਤ ਦੀ ਕਿਰਪਾ ਦੇ ਨਾਲ ਇਹਨਾਂ ਦੇ ਵਿੱਚ ਫਲੀਆਂ ਦੇ ਵਿੱਚ ਦਾਣੇ ਭਰ ਜਾਣਗੇ ਉਦੋਂ ਬਾਅਦ ਇਹਨਾਂ ਦੀ ਤੜਾਈ ਹੋ ਜਾਣੀ ਆ ਹੁਣ ਪੂਰੇ ਇਹ ਪਾਪੜ ਬਣਾਈ ਖੜ੍ਹਾ ਅਤੇ ਫੁੱਲਾਂ 'ਤੇ ਹੈ ਅਤੇ ਉਦੋਂ ਬਾਅਦ 20 ਮਾਰਚ ਦੇ ਆਸੇ ਪਾਸੇ ਮਟਰ ਖਤਮ ਹੋ ਜਾਣਗੇ ਅਤੇ ਪੱਟ ਕੇ ਇਹ ਮਟਰ ਬਾਹਰ ਹੋ ਜਾਣਗੇ ਅਤੇ ਜਿਹੜੇ ਕੱਦੂ ਕਰੇਲਾ ਇਹ ਆਪਾਂ ਜਾਲ ਬੁਣਾਂਗੇ ਉਹ ਵੀਡੀਓਆਂ ਵੀ ਕੱਲ੍ਹ ਨੂੰ ਜਾਂ ਪਰਸੋਂ ਆਪਾਂ ਜਾਲ ਬੁਣਨਾ ਕਿਉਂਕਿ ਹੁਣ ਇਹ ਤੰਦਾਂ 'ਤੇ ਆ ਗਿਆ ਉਹ ਵੀਡੀਓ ਵੀ ਆਪਾਂ ਜਾਲ ਬੁਣਦੇ ਦਿਨ ਜਿਹੜਾ ਆਪਾਂ ਜਾਲ ਮੁੱਲ ਲੈ ਕੇ ਆਏ ਜਿਵੇਂ ਕਿਉਂਕਿ ਉਹ ਜਿਹੜਾ ਮੁੱਲ ਵਾਲਾ ਜਾਲ ਹੁੰਦਾ ਉਹ ਉਲਝ ਜਾਂਦਾ ਜ਼ਿਆਦਾ ਉਲਝਦਾ ਉਹ ਬੜੀ ਵਿਉਂਤਬੰਦੀ ਨਾਲ ਲਾਉਣਾ ਪੈਂਦਾ ਉਹ ਵੀਡੀਓ ਵੀ ਮੇਰੇ ਭਰਾਵਾਂ ਨਾਲ ਆਪਾਂ ਪੇਸ਼ ਕਰਾਂਗੇ ਅਤੇ ਇਹ ਭਰਾਵੋ ਆਪਣੇ ਕੱਦੂ ਦੀ ਕੰਡੀਸ਼ਨ ਹੈ ਇਹ ਮਟਰ ਹੈ ਇੱਕ ਵੱਟ 'ਤੇ ਮਟਰ ਇੱਕ 'ਤੇ ਕੱਦੂ ਇੱਕ 'ਤੇ ਮਟਰ ਇੱਕ 'ਤੇ ਕੱਦੂ ਅਤੇ ਕਰੇਲਾ ਪੇਠਾ ਤੋਰੀ ਇਹ ਆ ਗਿਆ ਪੇਠਾ ਇਹ ਮਟਰ ਆ ਗਏ ਇਹ ਪੇਠਾ ਆ ਗਿਆ ਅਤੇ ਇਹਨਾਂ 'ਤੇ ਜੇ ਆਪਾਂ ਸਪਰੇਅ ਦੀ ਗੱਲ ਕਰ ਲਈਏ ਹਜੇ ਤੱਕ ਮਟਰਾਂ 'ਤੇ ਇਕੱਲੀ ਆਪਾਂ ਤੇਲੇ ਵਾਲੀ ਸਪਰੇਅ ਅਤੇ ਸੂੰਡੀ ਵਾਲੀ ਸਪਰੇਅ ਕੀਤੀ ਹੈ ਹੋਰ ਇਹਨਾਂ 'ਤੇ ਕੁਝ ਨਹੀਂ ਵਰਤਿਆ ਗਿਆ ਇਕੱਲੀ ਤੇਲੇ ਵਾਲੀ ਅਤੇ ਇਕੱਲੀ ਸੂੰਡੀ ਦੀ ਸ਼ਿਕਾਇਤ ਆਈ ਸੀਗੀ ਜਾਂ ਸੂੰਡੀ ਵਾਲੀ ਕਰੀ ਹੈ ਹੋਰ ਇਹਨਾਂ 'ਤੇ ਹਜੇ ਕੋਈ ਸਪਰੇਅ ਨਹੀਂ ਕੀਤੀ ਗਈ ਆਹ ਪ੍ਰਭੂ ਤੋਰੀ ਆ ਗਈ ਇਹ ਹਾਲਤ ਆ ਤੋਰੀ ਦੀ ਜਿਵੇਂ ਆਪਾਂ ਜਾਲ ਬੁਣਿਆ ਜਾਂ ਬਾਂਸ ਲਾਏ ਉਹ ਸਾਰੀ ਵੀਡੀਓ ਕਿਸਾਨ ਵੀਰਾਂ ਨਾਲ ਆਪਾਂ ਪੇਸ਼ ਕਰਾਂਗੇ ਕਿਸਾਨ ਵੀਰਾਂ ਸਾਹਮਣੇ ਵੀ ਜਿਵੇਂ ਬਾਂਸ ਲਾਵਾਂਗੇ ਕੈ ਫੁੱਟ 'ਤੇ ਦੂਰੀ 'ਤੇ ਬਾਂਸ ਲੱਗਣਗੇ ਕਿਵੇਂ ਜਾਲ ਬੁਣਾਂਗੇ ਨਦੀਨਾ ਦਾ ਜ਼ਿਆਦਾ ਅਸਰ ਸੀਗਾ ਇਹ ਆ ਤੋਰੀ ਤੋਰੀ ਹੈਗੀ ਆ BNR ਦੀ ਅਤੇ ਐਂਡੋਸੈਮ ਵਾਲਿਆਂ ਦੀ ਇਹ BNR ਦੀ ਅਤੇ ਐਂਡੋਸੈਮ ਦੀ ਤੋਰੀ ਹੈ ਤੁਸੀਂ ਕਿਸਾਨ ਭਰਾਵੋ ਕੋਈ ਵੀ ਕਿਸਮ ਲਾ ਸਕਦੇ ਹੋ ਜਿਹੜਾ ਤੁਹਾਨੂੰ ਝਾੜ ਦਾ ਤਜਰਬਾ ਮਿਲਿਆ ਹੋਇਆ ਉਹੀ ਵਰਾਇਟੀ ਤੁਸੀਂ ਲਾ ਸਕਦੇ ਹੋ ਇਹ ਆ ਗਿਆ ਕਰੇਲਾ ਆਪਣੇ ਕੋਲ ਇਹ ਰਾਸ਼ੀ ਦਾ ਰਾਜਾ ਅਤੇ ਸੈਮੀਨਸ ਦਾ 48 ਨੰਬਰ ਲੱਗਿਆ ਹੋਇਆ ਅਤੇ ਇੱਕ ਲੱਗਿਆ ਹੋਇਆ ਈਸਟ ਵੈਸਟ ਦਾ ਕਿਉਂਕਿ ਜਿਹੜੀਆਂ ਕਰੇਲੇ ਦੀਆਂ ਕਿਸਮਾਂ ਵੀ ਨੇ ਅਨੇਕਾਂ ਹੀ ਕਿਸਮਾਂ ਨੇ ਕੋਈ ਕਾਲੇ ਕਰੇਲੇ 'ਚ ਆ ਗਿਆ ਕੋਈ ਚਿਕਨਾ ਆ ਗਿਆ ਮਨ ਅਤੇ ਕੋਈ ਕੰਡੇਦਾਰ 'ਚ ਆ ਗਿਆ ਕਿਤੇ ਕੰਡੇਦਾਰ ਕਰੇਲਾ ਵੱਧ ਵਿਕਦਾ ਕਿਤੇ ਸਾਫ਼ ਕਰੇਲਾ ਵੱਧ ਵਿਕਦਾ
ਜਿਹੜਾ ਬਗੈਰ ਕੰਡੇ ਤੋਂ ਹੁੰਦਾ ਹੈ, ਕਿਉਂਕਿ ਕਰੇਲੇ ਦੇ ਬਹੁਤ ਕਿਸਮਾਂ ਨੇ। ਇਹ ਹੁਣ ਪੂਰੇ ਤੰਦਾਂ 'ਤੇ ਆ ਗਿਆ, ਦੋ ਕੁ ਦਿਨ ਠਹਿਰ ਕੇ ਕੱਲ੍ਹ ਨੂੰ ਜਾਂ ਪਰਸੋਂ ਆਪਾਂ ਬਾਂਸ ਲਾਉਣੇ ਆ, ਅਤੇ ਜਿਵੇਂ ਜਾਲ ਬੁਣਿਆ ਉਹ ਵੀਡੀਓ ਆਪਾਂ ਕਿਸਾਨ ਵੀਰਾਂ ਨਾਲ ਪੇਸ਼ ਕਰਾਂਗੇ। ਇਹ ਆਪਣੇ ਕੋਲ ਕਰੇਲੇ ਦੀ ਵਰਾਇਟੀ, ਕਰੇਲੇ 'ਤੇ ਬਸ ਆਪਾਂ ਇਕੱਲੀ ਥਰਿੱਪ ਵਾਲੀ ਦਵਾਈ ਕੀਤੀ ਹੈ ਜਾਂ ਇੱਕ ਹਲਕਾ ਜਿਹਾ ਫੰਗੀਸਾਈਡ ਕਰਜਟ ਉਹ ਵਰਤਿਆ ਗਾ, ਕਿਉਂਕਿ ਠੰਡ ਕਾਰਨ ਪੀਲਾਪਣ ਜ਼ਿਆਦਾ ਆਇਆ ਸੀ ਬੱਲਾਂ ਦੇ ਵਿੱਚ। ਇਹ ਇੱਕ ਵੱਟ ਕਰੇਲੇ ਦੀ, ਇੱਕ ਕੱਦੂ ਦੀ, ਇੱਕ ਮਟਰ ਦੀ, ਇੱਕ ਕਰੇਲਾ, ਫਿਰ ਮਟਰ, ਫਿਰ ਕਰੇਲਾ, ਫਿਰ ਮਟਰ, ਫਿਰ ਕੱਦੂ, ਐਂ ਇਸ ਤਰ੍ਹਾਂ ਨੇ, ਕਿਉਂਕਿ ਜਦੋਂ ਮਟਰ ਖਤਮ ਹੋ ਗਏ ਤਾਂ ਮਟਰਾਂ ਵਾਲੇ ਜਿਹੜੇ ਮਨ ਬੈੱਡ ਆ ਉਹ ਬੰਦ ਹੋ ਜਾਣਗੇ। ਕੋਈ ਵੀ ਭਰਾ ਇਹਨਾਂ ਨੂੰ ਥੱਲੇ ਬੈੱਡਾਂ 'ਤੇ ਵੀ ਛੱਡ ਸਕਦਾ ਹੈ, ਜਿਵੇਂ ਕਰੇਲੇ ਦੇ ਅਸੀਂ ਬੈੱਡ ਨੂੰ ਅਸੀਂ ਵੱਟ ਨਾਲ ਵੱਟ ਆ ਸਾਰੀਆਂ, ਵੱਟ ਨਾਲ ਵੱਟ ਨਹੀਂ ਲਗਾਤਾਰ ਇਸ ਤਰ੍ਹਾਂ ਵੱਟਾਂ ਨਾਲ ਵੱਟ, ਕਿਉਂਕਿ ਜਿਹੜੇ ਥੱਲੇ ਛੱਡਦੇ ਆ ਮੇਰੇ ਵੀਰ ਉਹ ਬੈੱਡ ਬਣਾ ਕੇ ਛੱਡਦੇ ਆ, ਆਪਾਂ ਬੈੱਡ ਨਹੀਂ ਬਣਾਏ, ਕਿਉਂਕਿ ਆਪਾਂ ਆਪਣੇ ਜਾਲ ਦਾ ਹਿਸਾਬ ਰੱਖਿਆ। ਤੁਸੀਂ ਆਪਦੇ ਤਜਰਬੇ ਨਾਲ ਵੀ 5-7 ਵੱਟਾਂ ਮਟਰਾਂ ਦੀਆਂ, 1 ਵੱਟ ਕੱਦੂ ਦੀ ਜਾਂ 1 ਵੱਟ ਕਰੇਲੇ ਦੀ, 5-7 ਮਟਰਾਂ ਦੀ, ਕਿਉਂਕਿ ਰੂਟਾਵੇਟਰ ਦਾ ਗੇੜਾ ਜੇ ਲੰਘਦਾ ਤੁਸੀਂ ਛੱਡਣਾ ਹੋਵੇ ਤਾਂ ਉਹ ਵੀ ਛੱਡ ਸਕਦੇ ਹੋ, ਕਿਉਂਕਿ ਫਿਰ ਜਿਹੜੇ ਨੇ ਉਹ ਵੱਟਾਂ ਮਟਰਾਂ ਵਾਲੀਆਂ ਵੱਟਾਂ ਦੇ ਬੈੱਡ ਬਣ ਜਾਣਗੇ। ਵਿੱਚ ਮੇਰੇ ਕਿਸਾਨ ਵੀਰ ਇਸ ਤਰੀਕੇ ਨਾਲ ਵੀ ਲਾਉਂਦੇ ਆ। ਜਿਹੜੀ ਕਿਸਾਨੀ ਆ ਇਹਦੇ ਬਹੁਤ ਬਦਲਵੇਂ ਢੰਗ ਆ, ਕੋਈ ਕਿਸ ਤਰ੍ਹਾਂ ਬੀਜਦਾ ਕੋਈ ਕਿਸ ਤਰ੍ਹਾਂ, ਜਿਵੇਂ ਕਣਕ ਕੋਈ ਹੈਪੀ ਸੀਡਰ ਨਾਲ ਬੀਜਦਾ, ਕੋਈ ਸੁਪਰ ਸੀਡਰ ਨਾਲ ਬੀਜਦਾ, ਕੋਈ ਬੈਠੀ ਬੀਜਦਾ, ਕੋਈ ਵਾਹ ਕੇ ਬੀਜਦਾ, ਇਸ ਤਰ੍ਹਾਂ ਹੀ ਸਬਜ਼ੀ ਲਾਉਣ ਦੇ ਹਰੇਕ ਦੇ ਤੌਰ ਤਰੀਕੇ ਸਾਰੇ ਕਿਸਾਨ ਵੀਰਾਂ ਦੇ ਵੱਖੋ ਵੱਖਰੇ ਆ। ਜਿਵੇਂ ਕਣਕ ਬੀਜਣ ਦੇ ਤੌਰ ਤਰੀਕੇ ਵੱਖੋ ਵੱਖਰੇ ਨੇ ਸਾਰੇ ਕਿਸਾਨ ਭਰਾਵਾਂ ਦੇ, ਅਤੇ ਸਬਜ਼ੀਆਂ ਲਾਉਣ ਦੇ ਵੀ ਸਾਰੇ ਵੀਰਾਂ ਦੇ ਵੱਖੋ ਵੱਖਰੇ ਤੌਰ ਤਰੀਕੇ ਨੇ। ਕੋਈ ਬੈੱਡ 'ਤੇ ਛੱਡ ਰਿਹਾ, ਕੋਈ ਜਾਲ 'ਤੇ ਚੜ੍ਹਾ ਰਿਹਾ, ਜਾਂ ਕੋਈ ਕਿਵੇਂ ਲਾ ਰਿਹਾ ਗਾ। ਅਤੇ ਇਹ ਪ੍ਰਭੂ ਅੱਜ ਦੀ ਹਾਲਤ ਹੈ ਕਰੇਲੇ ਦੀ, ਅਤੇ ਇਹ ਮਟਰ ਨੇ, ਅਤੇ ਬਾਕੀ ਜਿਵੇਂ ਆਪਾਂ ਜਾਲ ਵਗੈਰਾ ਲਾਇਆ ਜਾਂ ਜਿਵੇਂ ਜਿਵੇਂ ਟਾਈਮ ਲੱਗੀ ਗਿਆ ਭਿੰਡੀ ਦੀਆਂ ਟਮਾਟਰਾਂ ਦੀਆਂ, ਉਹ ਵੀਡੀਓ ਆਪਾਂ ਸਾਰੇ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।